ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਆ ਚੁੱਕੇ ਜੀ ਜਿਹਦੇ ਲਈ ਕੈਂਡੀਡੇਟ ਜਿਹੜੇ ਨੀਲੀਜੀਬਲ ਹੋਣਗੇ 12th 10th ਵਾਲੇ ਗ੍ਰੈਜੂਏਸ਼ਨ ਵਾਲੇ ਜਿਹੜੇ ਵੀ ਕੈਂਡੀਡੇਟ ਹੋਣਗੇ ਕਿੱਦਾਂ ਅਪਲਾਈ ਹੋਣਾ ਹੈ ਕਿਹੜੇ ਕਿਹੜੇ ਵੈਕੈਂਸੀਸ ਨੇ ਜਿਹੜੀਆਂ ਆਊਟ ਹੋਈਆਂ ਨੇ ਪੋਸਟ ਆਫਿਸ ਵੱਲੋਂ ਕਿੱਥੋਂ ਆਊਟ ਹੋਣਗੀਆਂ ਕਦੋਂ-ਕਦੋਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਤੋਂ ਜਿਹੜੀ ਮੈਂ ਦਵਾਂਗਾ ਸੋ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਜਿਹਦੇ ਨਾਲ ਹਰ ਇੱਕ ਰਿਕਰੂਟਮੈਂਟ ਦੇ ਅਪਡੇਟਸ ਤੁਹਾਨੂੰ ਤੁਹਾਡੇ ਮ ਦੇ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਹਦੇ ਨਾਲ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤਾਂ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਉਗੇ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਕੈਂਡੀਡੇਟ ਦੇ ਲਈ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਉਹਦੇ ਲਈ ਤੁਸੀਂ ਸਿੰਪਲੀ ਗੂਗਲ ਜਾ ਕੇ ਟਾਈਪ ਕਰੋ ਜੀ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੀਆਂ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਅਗਰ ਭਰਤੀ ਦੀ ਗੱਲ ਕਰੀਏ ਤਾਂ ਇਹ ਕਾਫੀ ਟਾਈਮ ਤੋਂ ਭਰਤੀ ਜਿਹੜੀਆਂ ਨੇ ਪੈਂਡਿੰਗ ਨੇ ਜੋ ਕਿ ਇੰਡੀਆ ਪੋਸਟ ਆਫਿਸ ਦੇ ਵਿੱਚ ਆਊਟ ਹੁੰਦੀਆਂ ਨੇ ਇਹਦੇ ਲਈ 올 ਇੰਡੀਆ ਐਲੀਜੀਬਿਲਿਟੀ ਰਹਿੰਦੀ ਹੈ ਜੀ ਤੁਸੀਂ ਕਿੰਨ ਪੰਜਾਬ ਤੋਂ ਕਿਤੋਂ ਵੀ ਹੋ ਸਾਰੇ ਕੈਂਡੀਡੇਟ 올 ਓਵਰ ਇੰਡੀਆ ਤੋਂ ਇਹਦੇ ਲਈ ਐਲੀਜੀਬਲ ਹੁੰਦੇ ਨੇ ਅਪਲਾਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ ਇਸਦੇ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਵੈਕੈਂਸੀਜ਼ ਦੀ ਕਿਹੜੀ ਕਿਹੜੀ ਵੈਕੈਂਸੀਜ਼ ਨੇ ਇਸਦੇ ਸਭ ਤੋਂ ਪਹਿਲਾਂ ਪੋਸਟਲ ਅਸਿਸਟੈਂਟ ਸਾਰਟਿੰਗ ਅਸਿਸਟੈਂਟ ਪੋਸਟਮੈਨ ਮੇਲਗਾਰਡ ਅਤੇ ਮਲਟੀਟਾਸਕਿੰਗ ਸਟਾਫਲ EMTs ਦੀਆਂ ਵੈਕੈਂਸੀ ਜਿਹੜੇ ਨੇ ਆਊਟ ਹੋਣੀਆਂ ਨੇ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹ ਵੈਕੈਂਸੀਸ ਦੇ ਲਈ ਨੋਟੀਫਿਕੇਸ਼ਨ ਜਾਰੀ ਜਿਹੜਾ ਹੋਣਾ ਹੈ ਉਹ ਕਦੋਂ ਹੋਣਾ ਹੈ ਜਾਂ ਕਿਦਾਂ ਦਾ ਨੋਟੀਫਿਕੇਸ਼ਨ ਦਾ ਜਿਹੜਾ ਤੁਹਾਨੂੰ ਪਤਾ ਲੱਗ ਸਕੇਗਾ ਇਹਦੇ ਲਈ ਮੈਂ ਤੁਹਾਨੂੰ ਅਫੀਸ਼ੀਅਲ ਅਪਡੇਟ ਵੀ ਜਿਹੜਾ ਦਿਖਾ ਦੇਣਾ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਡਾਊਨਲੋਡ ਕਰ ਲੈਣੇ ਆ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ ਉਹ ਤੁਹਾਨੂੰ ਦਿਖਾ ਦੇਣਾ ਸਭ ਤੋਂ ਪਹਿਲਾਂ ਜੀ ਸੋ ਇਹ ਤੁਸੀਂ ਦੇਖ ਪਾ ਰਹੇ ਹੋ ਜੀ ਅਪਡੇਟ ਜਿਹੜਾ ਕਿ ਇਹਨਾਂ ਨੇ ਆਊਟ ਕੀਤਾ ਹੋਇਆ ਹੈ ਇਹ ਨੋਟੀਫਿਕੇਸ਼ਨ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਕਮਿਊਨੀਕੇਸ਼ਨ ਡਿਪਾਰਟਮੈਂਟ ਆਫ ਪੋਸਟ ਵੱਲੋਂ ਆਊਟ ਕੀਤਾ ਗਿਆ ਹੈ ਜੋ ਕਿ ਉਹਨਾਂ ਨੇ ਇਹ ਲੈਟਰ ਲਿਖਿਆ ਹੈ ਜੋ ਕਿ ਫਿਲਿੰਗ ਆਫ ਦਾ ਅਨਫਿਲਡ ਵੈਕੈਂਸੀਜ਼ ਆਫ ਐਮਟੀਐਸ ਪੋਸਟ ਮੇਲ ਗਾਰਡ ਵੈਕੈਂਸੀਜ਼ ਦੇ ਲਈ ਜੋ ਕਿ 2018 ਅਤੇ 21 ਦੀਆਂ ਸੀਗੀਆਂ ਲੇਕਿਨ ਉਹ ਆਊਟ ਨਹੀਂ ਹੋਈਆਂ ਸੀਗੀਆਂ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਜੀ ਰੀਕਾਲਡ ਕੀਤਾ ਰੀਸੈਂਟਲੀ ਡਾਟਾ ਜਿਹੜਾ ਹੈ ਜੀ ਉਹ ਕਲੈਕਟ ਹੋ ਚੁੱਕਾ ਹੈ ਜੋ ਕਿ ਸਰਕਲ ਵਾਈਜ਼ ਹੈ ਲਈ ਮਲਟੀਟਾਸਕਿੰਗ ਸਟਾਫ ਦੀ ਅਸਿਸਟੈਂਟ ਦੀਆਂ ਜਿਹੜੀਆਂ ਨੇ ਉਹ ਇਨਫੋਰਮੇਸ਼ਨ ਉਹਨਾਂ ਨੂੰ ਰੀਸੀਵ ਹੋ ਚੁੱਕੀ ਹੈ ਸੋ ਉਹਨਾਂ ਨੇ ਅਰਜੈਂਟ ਬੇਸਿਸ ਤੇ ਇਹ ਵੈਕੈਂਸੀ ਜਿਹੜੀਆਂ ਨੇ ਕੱਢਣ ਦੇ ਲਈ ਉਹ ਜਿਹੜੀ ਹੈ ਜੀ ਡਿਮਾਂਡ ਕੀਤੀ ਹੈ ਸੋ ਇਹਦੇ ਰਿਲੇਟਡ ਉਹਨਾਂ ਨੇ ਲੈਟਰ ਜਿਹੜਾ ਜੀ ਭੇਜਿਆ ਹੋਇਆ ਹੈ ਜਿਹੜਾ ਕਿ 올 ਚੀਫ ਪੋਸਟਮਾਸਟਰ ਜਨਰਲ ਅਤੇ ਪੋਸਟਮਾਸਟਰ ਜਨਰਲ ਨੂੰ ਭੇਜੀ ਗਈਆਂ ਹਨ ਜੀ ਸੋ ਇਸ ਦੇ ਰਿਲੇਟਡ ਨੋਟੀਫਿਕੇਸ਼ਨ ਜਿਹੜਾ ਜੀ ਬਹੁਤ ਜਲਦ ਤੁਹਾਨੂੰ 2022 ਦਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਜੋ ਕਿ ਇਹਨਾਂ ਨੇ ਦੱਸਿਆ ਜੀਗਾ 2018 ਅਤੇ 31 ਜੋ 31 ਦਸੰਬਰ 2021 ਤੱਕ ਦੀ ਜਿੰਨੇ ਵੀ ਰਿਕੁਆਇਰਮੈਂਟ ਹੈ ਉਹ ਉਹ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਹੋਣ ਵਾਲੀਆਂ ਨੇ ਇਸ ਦੇ ਲਈ ਅਗਰ ਅਸੀਂ ਗੱਲ ਕਰੀਏ 10th 12th ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਉਹ ਐਲੀਜੀਬਲ ਹੋਣਗੇ ਸੋ ਇਸ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਟੋਟਲ 2121 ਵੈਕੈਂਸੀਸ ਪੋਸਟਮਾਸਟਰ ਮੇਲ ਕਰਦੀਆਂ ਨੇ 1149 ਵੈਕੈਂਸੀ ਜਿਹੜੀਆਂ ਨੇ ਐਮਟੀਆ ਸਟਾਫ ਦੀ ਜਿਹੜੀਆਂ ਨੇ ਉਹ ਵਿੱਚ ਭਰਤੀ ਕੀਤੀ ਜਾਣੀਆਂ ਨੇ ਜੋ ਕਿ ਫਿਲ ਅਪ ਹੋਣੀਆਂ ਨੇ ਉਹ ਇਹ ਐਡ ਹੋਣਗੀਆਂ ਜੋ ਕਿ ਬੈਕਲੌਗ ਹੈ 2018-21 ਦਾ ਉਸ ਤੋਂ ਅੱਗੇ ਜਿੰਨੀਆਂ ਵੱਧ ਹੋਰ ਨਿਕਲਣਗੀਆਂ 2022 ਦੇ ਵਿੱਚ ਉਹਨਾਂ ਦੇ ਨਾਲ ਇਹਨੂੰ ਐਡ ਕਰਕੇ ਜਿਹੜਾ ਜੀ ਉਹ ਕੱਢਿਆ ਜਾਵੇਗਾ ਸੋ ਇਹ ਲੈਟਰ ਜਿਹੜਾ ਜੀ ਉਹਨਾਂ ਨੂੰ ਰਿਸੀਵ ਹੋਇਆ ਸੋ ਇਸ ਲੈਟਰ ਦੇ ਬੇਸਿਸ ਤੇ ਹੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਵੈਕੈਂਸੀਸ ਵੇਖਣ ਨੂੰ ਮਿਲਣਗੀਆਂ ਸੋ ਤੁਸੀਂ ਵੀ ਪੰਜਾਬ ਤੋਂ ਕਿਤੋਂ ਵੀ ਬਿਲੋਂਗ ਕਰਦੇ ਹੋ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਮੇ ਕੋਈ ਜ਼ਿਆਦਾ ਫੀਸ ਨਹੀਂ ਹੁੰਦੀ ਸੋ ਤੁਸੀਂ 올ਓਵਰ ਇੰਡੀਆ ਤੋਂ ਕਿਤੋਂ ਵੀ ਅਪਲਾਈ ਇਹਦੇ ਲਈ ਕਰ ਪਾਉਂਗੇ ਆਨਲਾਈਨ ਐਪਲੀਕੇਸ਼ਨ ਦੀ ਇਨਵਾਈਟ ਕੀਤੀ ਜਾਂਦੀਆਂ ਨੇ ਸੋ ਜਿੱਦਾਂ ਹੀ ਇਹ ਆਊਟ ਹੋਣਗੇ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਜ਼ਰੂਰ ਆਵਾਂਗਾ ਸੋ ਜੇ 10th 12th ਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਜ਼ਰੂਰ ਤਿਆਰ ਰਹਿਣ ਜੀ ਸੋ ਇਹਦੇ ਨਾਲ ਤੁਹਾਨੂੰ ਸਾਰੇ ਹੀ ਅਪਡੇਟ ਜਿਹੜੇ ਮਿਲਦੇ ਰਹਿਣਗੇ ਸਾਡੇ ਚੈਨਲ ਦੇ ਥਰੂ ਸੋ ਜੁੜੇ ਰਹਿਣਾ ਸਾਡੇ ਨਾਲ ਜੀ ਨਵੇਂ ਅਪਡੇਟ ਦੇ ਲਈ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜ